ਮੈਂ ਡੀਐਸਪੀ ਸਿਟੀ ਬਟਾਲਾ ਸਬੂ ਸਿਵਲ ਲਾਈਨ ਸ਼ੇਖਵਾ ਅਤੇ ਹੋਰ ਥਾਣੇ ਦੇ ਜਿੱਥੇ ਜਿੱਥੇ ਪੰਚਾਇਤਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਾਂ ਹੋਣੀਆਂ ਨੂੰ ਅਪੀਲ ਕਰਦਾ ਕਿ ਆਪੋ ਆਪਣਾ ਜੋ ਵੀ ਇਹਨਾਂ ਕੋਲ ਲਾਇਸੈਂਸ ਸੀ ਅਸਲਾ ਉਹ ਆਪਣੇ ਸੰਬੰਧਿਤ ਥਾਣੇ ਵਿੱਚ ਜਮ੍ਹਾਂ ਕਰਵਾਉਣ ਜਾਂ ਕਿਸੇ ਗਨ ਹਾਊਸ ਵਿੱਚ ਜਮ੍ਹਾਂ ਕਰਾ ਕੇ ਉਹਦੀ ਰਸੀਦ ਲੈ ਕੇ ਉਹ ਥਾਣੇ ਜਮ੍ਹਾਂ ਕਰਵਾਉਣ ਤਾਂ ਕਿ ਕੋਈ ਕਿਸੇ ਤਰ੍ਹਾਂ ਦੀ ਵੀ ਅਣਸੁਖਾਵੀ ਘਟਨਾ ਵਾਪਰ ਸਕੇ। ਸਾਰਾ ਇਲਾਕਾ ਨਿਵਾਸੀਆਂ ਨੂੰ ਫਿਰ ਦੁਬਾਰਾ ਮੈਂ ਅਪੀਲ ਕਰਦਾ ਕਿ ਆਪਣੇ ਜਿੰਨੇ ਵੀ ਉਹਨਾਂ ਕੋਲ ਲਾਇਸੈਂਸੀ ਹਥਿਆਰ ਨੇ ਉਹ ਸਾਰੇ ਹੀ ਸੰਬੰਧਿਤ ਥਾਣੇ ਦੇ ਵਿੱਚ ਜਮ੍ਹਾਂ ਕਰਾਏ ਜਾਣ। ਸਰ ਜੀ ਕੋਈ ਆਖਰੀ ਤਰੀਕ ਹੈ ਜਮ੍ਹਾਂ ਕਰਵਾਉਣ ਦੀ? ਇਹਨਾਂ ਨੂੰ ਸਿਰਫ ਇੱਕ ਹਫ਼ਤੇ ਦੇ ਵਿੱਚ ਅੱਜ ਤੋਂ ਇੱਕ ਹਫ਼ਤੇ ਦੇ ਵਿੱਚ ਜਿਹੜਾ ਵਾ ਉਹ ਜਮ੍ਹਾਂ ਕਰਾਏ ਜਾਣ ਸਾਰੇ। ਠੀਕ।